ਦੁਬਾਰਾ ਕਰਦੇ ਚੁੱਪ ਕਰ ਜੋ ਦੁਬਾਰਾ ਵੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਆ ਸ਼ੁਕਰ ਚੇਤਾ ਇਹਨਾਂ ਨੂੰ, ਤੇ ਅੱਜ ਚੱਲੇ ਆ ਜਲੰਧਰ ਨੂੰ, ਥੋੜਾ ਜਿਹਾ ਕੰਮ ਜਿਹਾ ਸੀਗਾ ਇਹਦਾ, ਤੇ ਇਹਦਾ ਵੀ ਕੰਮ ਜਿਹਾ ਸੀਗਾ, ਮੇਰਾ ਵੀ ਕੰਮ ਜਿਹਾ ਸੀਗਾ ਥੋੜਾ ਜਿਹਾ। ਇਹ ਸਾਡੇ ਵਿਹਲੇ ਹੀ ਉਤਰੇ, ਇਹ ਜਰਾ ਗੱਡੀ ਕਰਕੇ ਲੈ ਜਾਂਦਾ, ਉਹ ਵੀ ਵਿਹਲਾ, ਇਹ ਵੀ ਯਾਰੀ ਦੋਸਤੀ ਚ ਚੱਕੀ ਫਿਰਦੇ ਨਾਲ, ਤੇ ਬਾਕੀ ਮਿਲਦੇ ਜਾ ਕੇ, ਤੇ ਬਾਕੀ ਪੱਗ ਦੱਸੋ ਕਿੱਦਾਂ ਲਾਦੀ ਅੱਜ, ਲੜ ਲੁੜ ਖਰੇ ਆਏ ਅੱਜ, ਤੇ ਦੱਸੋ ਕਿੱਦਾਂ ਲਾਦੀ, ਕਮੈਂਟ ਕਰੋ, ਤੇ ਇਹਨਾਂ ਦੇ ਪੋਤੇ ਦੱਸੋ ਕਿੱਦਾਂ, ਕਮੈਂਟ ਕਰੋ ਇਹਨਾਂ ਦੇ ਰੋਡੇ ਜਾਂ ਕਿੱਦਾਂ ਕਰਾ ਲੇ, ਦੇ ਦੋ ਗਾਲ ਦੇਖ ਲੱਗਦਾ ਕੱਲਾ ਸਰਦਾਰ ਬੈਠਾ ਟੋਰਕ ਨੀ ਸਰਦਾਰ ਦੀ ਮੱਛਾ ਤਾਂ, ਮੈਂ ਕਹਿੰਦਾ ਕਹਿਣਾ ਨਹੀਂ ਸਾਦਾ, ਚਲੋ ਚਲੋ ਬਾਕੀ ਜਾ ਕੇ ਮਿਲਦੇ ਤੁਹਾਨੂੰ। ਲੈ ਵੀ ਮਿੱਤਰੋ ਪਹੁੰਚ ਗਏ ਆ, ਆਏ ਕਰ ਦੋ ਸਾਰਿਆਂ ਨੂੰ ਓਏ, ਚਲੋ ਜੀ ਅਲਾਇੰਸ ਮੋਲ ਆ ਗਏ ਆ, ਟਰਾਲੀ ਸਾਰਾ ਦੂਜੀਆਂ ਆਉਂਦੀਆਂ ਟੈਚੀ ਵਾਲੀਆਂ, ਪਤਾ ਹੈ ਨੀ ਕਾਤੀ ਲੋਕ, ਚਲੋ ਤਰੀਕ ਜਾਂਦੇ ਆ ਯਾਰ, ਵਾਪੀ ਹੋ ਜਾ ਬੁਖਾਰ ਨਾਲ ਲਾਪੀ ਸਾਲਿਆ, ਫਰਨੈਲ ਆ ਲੂਣ ਵਾਲੀ ਕੈਂਡੀ ਰੱਖੀ ਆ, ਲੈ ਬਈ ਸੁੱਖੀ ਹੇਅਰ ਜੀ ਦਾ ਸੱਤ, ਵਿੱਚ ਵਿਦੇਸ਼ਾਂ ਪਾਉਂਦੇ ਫਿਰਦੇ ਧਾਕੜ ਮੁੰਡੇ ਧਾਕੜ ਬਈਆਂ, ਓਦਾਂ ਤਾਂ ਤਿੰਨ ਤਿੰਨ ਵਾਰੀ ਆਲਸ ਕੀਤੀ, ਐਗਜ਼ਿਟ ਲਿਖਿਆ ਆਇਆ ਉੱਧਰ, ਇੱਧਰ ਐਂਟਰੀ, ਅਕਲ ਦਾ ਘਾਟਾ ਤੁਹਾਨੂੰ, ਆ ਜਾ ਆ ਜਾ ਦੱਸੋ ਵੀ ਕੀ ਲੈਣਾ, ਸੈਂਟ ਸੁਣਤੀ ਪਾ ਜੀਏ, ਮਹਿਕ ਦੇ ਫਿਰਾਂਗੇ ਸਾਲ, ਚੈੱਕ ਕਰਦੇ ਕਰਦੇ ਪਾ ਜਾਂਦੇ, ਚੱਕੋ ਕੋਈ ਖਰਾ ਜਿਹਾ ਲੱਭੋ ਕੋਈ ਸੈਂਟਰ, ਇਹ ਸੈਂਟ ਆ ਕੀ ਹੈ, ਸੈਂਟ ਹੀ ਆ ਹੋ ਸਾਰਾ ਕੋਲਗੇਟ ਆ, ਇਹ ਨਾਲ ਰਿਲਾਇੰਸ ਮੋਲ ਆਏ ਆ, ਉਹ ਯਾਰ ਕੁੜੀਆਂ ਦਾ ਸੱਚ ਸੈਂਟਰ ਨਹੀਂ ਹੈਗਾ, ਉਹ ਯਾਰ ਉਹਦਾ ਫ੍ਰੈਗਨੈਂਸ ਤਾਂ ਕਹਿੰਦੀ ਵਧੀਆ ਹੈ, ਹੋਰ ਕੋਈ ਦੇ ਤੋ ਆਹ ਦੇ ਸੈਂਟ ਇਹਦੇ ਨਾਲ ਦਾ, ਆਹ ਖੋਲ ਖੋਲ, ਆਹ ਲਿਖਿਆ ਆ ਕਿੰਨੇ ਰੁਪਏ ਦਾ, ਉਹ ਯਾਰ ਸੌਂਫ ਜਿਹੀ ਆ ਲੈ ਚੀਜ਼ ਲੱਗਣ ਡਈ, ਇੱਕ ਫ੍ਰੀ ਆ ਨਾਲ ਤਿੰਨ, ਓਏ ਉਹ ਨਹੀਂ ਤੁਹਾਨੂੰ ਗਾਂਹ ਦਿਖਾਉਣਾ ਸੇਲ ਵਾਲੇ ਦੇਖੋ ਤੁਸੀਂ, ਯਾਰ ਮੈਂ ਆਹ ਲੈਣੀ ਸੀ, ਠੀਕ ਹੈ ਯਾਰ, ਓਏ ਆਹ ਦੇਖੀ ਇੱਧਰ ਹੈਗੇ ਯਾਰ ਬਹੁਤ ਵਧੀਆ ਸਸਤਾ ਸਮਾਨ ਆ, ਜੇ ਕਿਸੇ ਨੇ ਨਾ ਬਾਹਰ ਜਾਣਾ ਆ 65% 61% 60% ਆਫ ਆ, ਮੁੰਡੇ ਨੂੰ ਚਾਈ ਬਹੁਤ ਹੋ ਰਿਹਾ, ਇਹਦਾ ਕੰਨ 'ਚ ਪਾ ਕੇ ਘੁੰਮ, ਇੱਥੇ ਗਲੇ 'ਚ ਪਾ ਕੇ ਘੁੰਮ ਚੱਪਲਾਂ, ਮੈਂ ਚਪਲਾਂ ਲਈਆਂ, ਇੱਥੋਂ ਤੁਸੀਂ ਸਬਜ਼ੀ ਵੀ ਖਰੀਦ ਸਕਦੇ, ਉਹ ਆਪਾਂ ਪੈਸੇ ਲੈਣੇ ਰਿਲਾਇੰਸ ਵਾਲਿਆਂ ਤੋਂ, ਪ੍ਰਮੋਸ਼ਨ ਕਰਦੇ ਹਾਂ ਆਪਾਂ, ਆਹੋ ਉਹ ਲਾਪੇ ਲਾਪੇ ਉਹ ਸ਼ੋਪਿੰਗ ਸ਼ੋਪਿੰਗ ਕਰਨ ਡੇ ਆ ਮੁੰਡੇ, ਉਹ ਤੁਸੀਂ ਕੀ ਕਰੇਲੇ ਲੈਣੇ, ਲਓ ਜੀ ਸ਼ੋਪਿੰਗ ਕਰਦੇ ਫਿਰ ਰਹੇ ਹਾਂ ਮੋਲ ਵਿੱਚ, ਸਰਦਾਰ ਸਾਹਿਬ ਨੇ ਸ਼ੋਪਿੰਗ ਕਰ ਲਈ ਆ, ਹਾਂਜੀ ਮਹਾਰਾਜ ਕੀ ਆਪਾਂ ਚੱਕੀ ਫਿਰਦੇ ਹਾਂ, ਇੱਧਰ ਨੂੰ ਮੂੰਹ ਨੂੰ ਕਰੋ ਜਿਹੜੀ ਆਪਣੀ, ਲਓ ਜੀ ਇਹ ਰੇਹੜੀ ਸ਼ੋਪਿੰਗ ਕਰ ਰਿਹਾ ਆ, ਉਹ ਕੀ ਰੇਹੜੀ ਮਾਮਾ ਇੰਨੀ ਭਰ ਲਈ ਦੈਂ, ਇੱਧਰ ਨੂੰ ਲੈ ਕੇ ਤਾਂ ਦਿਖਾਵਾਂ ਇਹਨਾਂ ਨੂੰ ਸਾਰਿਆਂ ਨੂੰ, ਲਓ ਜੀ ਓਹੋ ਆ ਕੀ ਲਿਆ ਤੇਰੇ ਹੁਣੀ, ਆਹੀ ਚਪਲਾਂ ਮਾਰਨੀਆਂ ਉਹਦੇ ਮਾਮਾ, ਤੇਰੇ ਹੁਣੀ ਆਹੀ ਤੇਰੇ ਚਪਲਾਂ ਮਾਰਨੀਆਂ ਸੀ ਲੈ ਕੇ ਲੈ ਲਾ, ਜਿਨ੍ਹਾਂ ਨੂੰ ਕੋਈ ਗੁਰਦੁਆਰੇ ਨਹੀਂ ਵਾੜਦਾ ਅੱਜ ਵੀ ਮੋਲ 'ਚ ਘੁੰਮੀ ਫਿਰਦੇ ਆ, ਚਲੋ ਮਹਾਰਾਜ ਨਿਕਲੋ, ਚਲੋ ਬਾਹਰ ਫਟਾਫਟ।
ਬੱਲੇ ਖੇਲੇ ਇਹਦੇ। ਲਓ ਜੀ ਇਹ ਇਹ ਕਹਿੰਦੇ ਪਾਪੜ ਉਹ ਲੈਣੇ ਆ ਜਿਹੜਾ ਆਪਾਂ ਪੈਗ ਨਾਲ ਵੀ ਖਾ ਸਕਦੇ ਆ। ਨਹੀਂ ਜੀ ਇੱਥੇ ਭਾਈ ਦਾ ਨਾਨ ਵੈਜ ਕੋਈ ਚੀਜ਼ ਨੀ ਮਿਲਣੀ, ਸਾਰਾ ਕੁਝ ਵੈਜ ਹੀ ਮਿਲਣਾ ਵਾ। ਖਾਣੇ ਆਪਾਂ ਰੋਟੀ ਨਾਲ, ਪੈਗ ਵੈਜ ਹੁੰਦਾ ਕਿ ਨਾਨ ਵੈਜ? ਪੈਗ ਨਾਨ ਵੈਜ ਹੀ ਹੁੰਦਾ। ਚੰਗੂਰ ਪੈਂਦਾ ਤੁਸੀਂ ਦੱਸੋ, ਸਹੀ ਗੱਲ ਆ। ਸਾਨੂੰ ਤੁਸੀਂ ਦੱਸੋ ਵੀ ਕਿੱਦਾਂ ਦਾਰੂ ਨਾਨ ਵੈਜ ਆ ਕਿ ਵੈਜ ਆ? ਜੇ ਹੁੰਦੇ ਤਾਂ ਨਾਨ ਵੈਜ ਫੇਰ ਹੀ ਅਸੀਂ ਪੀਆ ਕਰਨੀ। ਲਓ ਜੀ ਸ਼ੋਪਿੰਗ ਕਰਨ ਭੱਜਾ ਹੀ ਫਿਰਦਾ ਅੱਜ ਇਹ ਨੀ ਢਾਲਦਾ ਮੁੰਡਾ। ਲਓ ਜੀ ਸ਼ੋਪਿੰਗ ਹੋ ਗਈ ਆ ਬਹੁਤ ਜ਼ਿਆਦਾ। ਉਹ ਚੱਕ ਹੋਣ ਲੱਗ ਪਿਆ ਪਿੱਛੋਂ, ਉਹ ਪਿੱਛੋਂ ਚੱਕ ਹੋਣ ਲੱਗ ਪਈ ਜਿਹੜੀ ਮੂਹਰੇ ਭਾਰ ਬਹੁਤ ਪੈ ਗਿਆ। ਲਓ ਜੀ ਰੇਹੜੀਆਂ, ਰੇਹੜੀ ਭਾਰੀ ਹੋ ਗਈ ਹੁਣ ਹੋਏ ਲੈਵਲ ਤੇ। ਅੰਮਾ ਰੇਹੜੀ ਭਰ ਗਈ ਸੀਗੀ, ਚੱਕ ਹੋਣ ਲੱਗ ਪਈ ਪਿੱਛੇ, ਨਹੀਂ ਆਹ ਗੱਲ ਨੀ ਬਣੀ, ਬਣ ਰਹੀ ਆ। ਲਓ ਜੀ ਉਹ ਓਰੀਓ ਇਹ ਕਹਿੰਦਾ ਤੁਹਾਨੂੰ ਸਾਤੋਂ ਮੁੱਕਣੇ ਨੀ ਹੈਗੇ, ਨਾਲ ਹੀ ਲੈਣੇ ਕੈਂਸਲ ਕਰਤੇ। ਜਿਹੜੀ ਚੀਜ਼ ਪ੍ਰੋਟੀਨ ਆ ਭਾਜੀ ਉਹ ਦੇਖੋ, ਕਿਉਂਕਿ ਆਪਾਂ ਨੂੰ ਪ੍ਰੋਟੀਨ ਜ਼ਰੂਰੀ ਆ। ਤੂੰ ਨਾ ਉਹ ਚਾਹੀਦੀ ਚੀਜ਼ ਚੱਕੀ, ਤੂੰ ਆਹੀ ਚੱਕਣੇ ਵਾ, ਤੂੰ ਆਹੀ ਕੁਛ ਚੱਕਣਾ ਹੁੰਦਾ। ਤੂੰ ਪਤਾ ਆ ਜਾਣੇ ਬੈਸਕੁਟ ਭੁਜੀਏ ਪਤਾਨੇ ਕੋਈ ਚੀਜ਼ ਚੱਕ ਚੱਜਦੀ ਹੈ ਜੇ ਪ੍ਰੋਟੀਨ ਹੋਵੇ। ਜਿਮ ਵਾਲੇ ਮੁੰਡੇ ਆ ਪ੍ਰੋਟੀਨ ਖਾਣਗੇ, ਚੋਕੋ ਚੱਕੋ, ਚੋਕਲੇਟ 'ਚ ਪ੍ਰੋਟੀਨ ਹੁੰਦਾ। ਮਹਿੰਗੀ ਆ ਤੂੰ ਆਪਣੇ ਲਈ ਮਹਿੰਗੀ ਆ, ਮਹਿੰਗੀ ਆ ਦਿਲ ਜਾ ਕਰਦਾ ਲੈਣ ਨੂੰ ਮੇਰਾ। ਤੋਰਾ ਪੈਰ ਉੱਪਰ ਰੱਖ ਲਾ, ਰੋਕੋ 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 ਹਾਂ ਚੋਰੀ ਲੈ ਲੈ, ਚੌੜਾ ਹੋ ਕੇ ਆਉਣ ਡਿਆ ਤੁਸੀਂ ਖਰਚਨੇ ਆ, ਮੈਨੂੰ ਹੈ ਨੀ ਇਹ ਰੱਖ ਆਉਂਦੇ ਆ, ਤੂੰ ਕੀ ਚੱਕੀ ਫਿਰਦਾ? ਬਿੱਲ ਵੀ ਦੇਣਾ ਪੈਣਾ, ਇਹ ਤਾਂ ਦੇ ਲਾ ਭਰੀ ਪਈ ਆ। ਆ ਜਾ ਕਿਸੇ ਦੀ ਚੱਕੀ ਫਿਰਦਾ ਸਾਲਾ ਗਾਲਾ ਖਾਊਂਗਾ। ਉਹਨਾਂ ਨੇ ਅੱਗੇ ਵਾਰਨਿੰਗ ਦੇ ਦਿੱਤੀ ਆਪਾਂ ਨੂੰ, ਅੱਗੇ ਕਹਿੰਦੇ ਆ ਛਿੱਤਰ ਬਹੁਤ ਪੈਣੇ ਕਹਿੰਦੇ। ਫੜ ਲਓ ਪਹਿਲਾਂ ਮੇਰੇ ਚੱਪਲਾਂ ਦੇ, ਆਹੋ ਲੱਗ ਲਾ ਫੀ ਬਿੱਲ ਘਟਾਉਣਾ। ਆਹ ਸਾਂਝੇ ਜਾਣਾ ਆ, ਬਿੱਲ ਕਟਾਓ ਉਹਦੇ ਤੋਂ ਦੇ, ਚੱਕੋ ਹੁਣ ਬਿੱਲ ਲਾ ਲਓ। ਚਲੋ ਇੱਧਰ ਤੁਰਿਆ ਚ ਪੈਸੇ ਦੇਣੇ ਹੀ ਪੈਣੇ ਆ, ਤੂੰ ਮਾਰ ਲਾ ਡ੍ਰਿਫਟ ਆ ਇੱਥੇ ਢੰਡੀ ਦਾ ਨੀ ਰੁਕ ਵੀ ਗਈ, ਰੋਕੀ ਕਿਹੜੇ ਆ ਬਈ ਹੁਣ ਕੋ ਸਾਹਿਬ ਆਪ ਹੋਏ ਨੇ ਮੋਹਰੇ, ਤੁਹਾਨੂੰ ਕਿੱਦਾਂ ਲੱਗ ਰਿਹਾ ਕੋ ਸਾਹਿਬ ਨੂੰ ਗੱਡੀ ਮਿਲ ਗਈ? ਹੁਣ ਚਾਬੀ ਕਿੱਥੇ ਲਾ? ਸਾਡਾ ਮਾਮਾ ਦਿਮਾਗ ਖਰਾਬ ਲਾਉਂਦਾ ਜੀ, ਚਾਬੀ ਲਾਉਣੀ ਦੱਸ ਕਿੱਥੇ ਲਾਉਂਦਾ? ਸਾਡਾ ਨੂੰ ਚਾਬੀ ਤਾਂ ਪਤਾ ਨਹੀਂ ਕਿੱਥੇ ਲੱਗਣੀ ਤੇ ਮਰ ਮੂਹਰੇ ਬਹਿ ਗਏ ਆ। ਦੇਖੋ ਸਾਡਾ ਮੂਹਰੇ ਬਹਿ ਕੇ ਸਾਡੇ ਵੀ ਇੱਥੋਂ ਇੱਥੇ ਆ ਗਏ, ਸਾਡੇ ਭਾਈ ਸੰਗੇ ਜਾ ਗਏ ਆ। ਚਲੋ ਜੀ ਦੇਖਦੇ ਟਰਾਈ ਮਾਰ ਕੇ ਕਿਤੇ, ਟਰਾਈ ਮਾਰਨੀ ਗੱਡੀ ਨਹੀਂ ਗਾਏ ਜੇ ਮਾਰਨੀ ਭਾਈ, ਮਸਤਾ ਕਰਾ ਗਈ ਟਰਾਈ ਕਿੰਨੀ ਆਪਣੀ ਮਰਜ਼ੀ ਮਾਰ। ਆਹੋ ਸਹੀ ਗੱਲ ਆ, ਇਹ ਗੱਡੀ ਬੈਠੇ ਪਸੀਨਾ ਪਤਾ ਨਹੀਂ ਕਾਹਤੋਂ ਲੱਗ ਪਿਆ। ਚਲੋ ਆਓ ਭਾਈ ਥੋੜੀ ਦੇਰੀ ਨਾਲ ਸ਼ੁਰੂ ਕਰਦੇ ਹੁਣ, ਇੱਕ ਵਾਰੀ ਸੇਫ ਸਾਫ ਅਸੀਂ ਪਹੁੰਚ ਯਾਰ, ਤੂੰ ਸਾਨੂੰ ਅਕਲ ਹੀ ਨਹੀਂ, ਤੁਸੀਂ ਲਾਈਵ ਦੇਖ ਲਿਆ ਇਹ ਬੰਦੇ ਨਹੀਂ।
ਡੈਸਕ ਬ੍ਰੇਕ ਲਾਵਾਂ ਲਓ ਜੀ ਕੋ ਸਾਹਿਬ ਉਹ ਗਾਣੇ ਬੰਦ ਕਰੋ ਕਾਪੀਰਾਈਟ ਆ ਜਾਣਾ ਸਾਡਾ ਵੀ ਅੱਗੇ ਨਹੀਂ ਆਉਂਦੇ ਆਪਾਂ ਨੂੰ ਲਓ ਜੀ ਕੋ ਸਾਹਿਬ ਮੋਰੇ ਹੋਏ ਨੇ ਸਾਨੂੰ ਪੂਰਾ ਪੂਰਾ ਸਦਾ ਆ ਗਏ ਆ ਸੰਗ ਨਹੀਂ ਜੀਬ ਚ ਦੇਖੋ ਕੋ ਸਾਹਿਬ ਕੀ ਕਰ ਰਹੇ ਲਓ ਜੀ ਸਰਦਾਰ ਸਾਹਿਬ ਜੀ ਨੇ ਗੱਬੇ ਰੋਕ ਲਏ ਕਰ ਲੂੰਗੇ ਕਿ ਨਹੀਂ ਚਲ ਆ ਗਈ ਹੌਲੀ ਹੌਲੀ ਦੱਸ ਦੋ ਸਾਨੂੰ ਧੱਕਾ ਲਾਣੇ ਪਿੱਛਣੀ ਨਾ हां सर बंदा साढ़े पिछे पिछे घूमी जाता भाई की हो चक्कर की है तेन यार चोर लगन डे आ बंद आ बंद शक आजू खेले दे साढ़े पिछे पिछे घूम रहा वा भाई ये वा अही इतो कोई चीज चकन नहीं ਇਹੀ ਤਾਂ ਮਾਲ ਘੁੰਮਦੇ ਫਿਰਦੇ ਆ ਸਰ ਇਹ ਬੰਦਾ ਸਾਡੇ ਪਿੱਛੇ ਹੀ ਫਿਰਨ ਡਿਆ ਲਓ ਜੀ ਮਿੱਤਰੋ ਅਸੀਂ ਆਏ ਆ ਬੋਲਿੰਗ ਕਰਨ ਸਰਦਾਰ ਸਾਹਿਬ ਜੀ ਆਪਣੇ ਜੱਲੇ ਆ ਕੀ ਆਪ ਹੋਏ ਮੋਰੇ ਸਰਦਾਰ ਜੀ ਹਾਂ ਹੁਣ ਓਏ ਓਏ ਸਰਦਾਰ ਸਾਹਿਬ ਜਦੋਂ ਕੈਮਰਾ ਆਨ ਹੋ ਜਾਂਦਾ ਨਾ ਮੋਸ਼ਨ ਇਮੋਸ਼ਨਲ ਹੋ ਜਾਂਦੇ ਆ ਸਾਰੀ ਗੱਲ ਕੋਈ ਨਹੀਂ ਲਓ ਜੀ ਇਹ ਗਿਆ ਆਪਣਾ ਕੋਰਾ ਸਾਹਿਬ ਜੀ ਇਹ ਨੰਬਰ ਲੈ ਗਿਆ जितन लग पे रोन लग पे कल लग पे लॉन ला गया एवं चौड़ा आई जाए चौड़ा लास्ट यार मैच देखते हैं चल लास्ट गेंद हार गए आप हार गए A few moments later. चल तू खा जा करी जाना तू चल दस चलो रेन तो चलिए आज फोन की बैटरी लो चल कोई नी ओ आ जा कोई नी करे ओए अपने बस की गल नहीं कोई भांटे भूंटे खेडो कोई इदा लाओ बस रेह दो इवें गाला खाओगे और देख ला पे भाजी थोड़ी मोटी शॉपिंग की थी, थोड़ा मोटा काम भी कर लिया अपना काम भी नबेड़ लिया बॉलिंग बुलिंग भी कर ली ब्लॉच ते देख लिया हुण खाधा पीता गंद पाया धक्के मारते दिखा नहीं सकते पुराने ब्लॉग की अपनी एडिटिंग चल रही है कहना सी भी किदा लगा तुहानू ब्लॉग सारे जाने लाइक शेयर कमेंट करके जरूर दस्यो चैनल सबसक्राइब कर लो या तो सबसक्राइब ही नहीं करते देख के चल जाते साढ़े 300 सबसक्राइबर कर दो 300 किन्ने 300 हो चले साढ़े 300 कर दो बस अभी भी कह सकते सबसक्राइबर
25 साल हो गया है जी जिंदगी लंघ गई है।